ਜਿਹੜਾ ਮੰਗੇ ਕਮਜਾਈ ਦਾ ਮੜਾ ਸਾਲ ਸੀ ਪਹਿਲਾ ਕੋਵਿਡ ਕਿੰਨਾ ਨੁਕਸਾਨ ਸਾਡੇ ਲੋਕਾਂ ਦਾ ਉਹਦੇ ਵਿੱਚ ਹੋਇਆ ਕਿੰਨਾ ਸਾਡਾ ਆਰਥਿਕ ਤੌਰ ਤੇ ਹੋਇਆ ਕਿੰਨਾ ਜਾਨੀ ਨੁਕਸਾਨ ਹੋਇਆ ਲੇਕਿਨ ਮਾਰਚ ਤੋਂ ਲੈ ਕੇ ਉਹ ਚੱਲਿਆ ਪਹਿਲਾਂ ਫੇਰਾ ਹੁਣ ਉਸ ਤੋਂ ਬਾਅਦ ਇੰਡਸਟਰੀ ਸਾਡੀ ਔਕੀ ਔਕੀ ਤਰੀਕੇ ਨਾਲ ਉੱਠਣ ਲੱਗੀ ਔਰ ਫੇਰ ਆ ਹੁਣ ਆ ਕਿ ਇਹਨਾਂ ਨੇ ਜਾ ਕੇ ਸਾਡੇ ਤੇ ਆ ਕਿਸਾਨੀ ਦੇ ਨਾਲ ਇਹ ਸ਼ੁਰੂ ਕਰਾਤਾ ਉਹਨਾਂ ਦਾ ਨੁਕਸਾਨ ਕਰਾਤਾ ਕਰੇ ਸੋਚਦੇ ਵੀ ਨਹੀਂ ਮੈਨੂੰ ਕਦੇ ਸਮਝ ਨਹੀਂ ਆਉਂਦੀ ਕਿ ਇਹ ਲੋਕ ਕਦੇ ਇਹ ਵੀ ਸੋਚਦੇ ਨੇ ਕਿ ਗਰੀਬ ਲੋਕ ਨੇ ਛੋਟੀ-ਛੋਟੀ ਜ਼ਮੀਨਾਂ ਨੇ ਮਸਾ ਆਪਣਾ ਗੁਜ਼ਾਰਾ ਕਰਦੇ ਨੇ ਔਰ ਫਿਰ ਜਾ ਕੇ ਤੁਸੀਂ ਉਹਨਾਂ ਦੇ ਠੱਪਦੇ ਔਰ ਦੂਸਰਾ ਮੈਂ ਪੁੱਛਣਾ ਚਾਹੁੰਦਾ ਇਹਨਾਂ ਨੂੰ ਸੰਵਿਧਾਨ ਹੈ ਇਸ ਦੇਸ਼ ਏ ਨਹੀਂ ਅਗਰ ਸੰਵਿਧਾਨ ਹੈ ਇਸ ਦੇਸ਼ ਦੇ ਵਿੱਚ ਤਾਂ ਫਿਰ ਸ਼ੈਡਿਊਲ 7 ਦੇ ਸੈਕੰਡ ਪਾਰਟ ਦੇ ਵਿੱਚ ਪਾਰਟ 2 ਦੇ ਵਿੱਚ ਐਗਰੀਕਲਚਰ ਮੇਰਾ ਸਬਜੈਕਟ ਸੀ ਪੰਜਾਬ ਦਾ ਸਬਜੈਕਟ ਸੀ ਹਿਮਾਚਲ ਦਾ ਸਬਜੈਕਟ ਹੈ ਹਰਿਆਣੇ ਦਾ ਸਬਜੈਕਟ ਹੈ ਦਿੱਲੀ ਦਾ ਸਬਜੈਕਟ ਨਹੀਂ ਹੈ ਪਾਰਲੀਮੈਂਟ ਦਾ ਕਿਉਂ ਤੁਸੀਂ ਇਹ ਚੇਂਜ ਕੀਤਾ ਵਿਦਆਊਟ ਐਨੀ ਕਿਸੇ ਨੋਟਿਸ ਕਰਨੇ ਜਾਂ ਪਾਰਲੀਮੈਂਟ ਵਿੱਚ ਡਿਸਕਸ਼ਨ ਕੀਤੀ ਲੋਕ ਸਭਾ ਦੇ ਵਿੱਚ ਪਾਸ ਕਰਤਾ ਕਿਉਂਕਿ ਉਹਨਾਂ ਦੇ ਕੋਲ ਬਹੁਤ ਮੈਂਬਰ ਨੇ ਰਾਜ ਸਭਾ ਜਿੱਥੇ ਉਹਨਾਂ ਦੇ ਹੋ ਸਮਦੇ ਸੀ ਕਿ ਕੋਈ ਗੜਬੜ ਹੋ ਜਾਏ ਉਥੇ ਪਾਸ ਹੀ ਨਹੀਂ ਕੀਤਾ ਉਥੇ ਬਸ ਉਹੀ ਰੋੜੇ ਰੋਲਾ ਪਾ ਕੇ ਰੋਣਾ ਰੋਲਾ ਪਾ ਕੇ ਪਾਸ ਕਰਤਾ ਇਹ ਤਰੀਕੇ ਨਹੀਂ ਹੁੰਦੇ ਇਸ ਕੰਮ ਦੇ ਇਹਦੇ ਨਾਲ ਨੁਕਸਾਨ ਸਾਡਾ ਦੇਸ਼ ਹੋ ਰਿਹਾ ਹੁਣ ਅੱਜ ਜਿਹੜਾ ਸਾਰਾ ਕਿਸ ਸਾਰੀ ਕਿਸਾਨੀ ਅੰਦੋਲਨ ਦੇ ਕਰ ਰਹੀ ਹੈ ਚਾਹੇ ਤੁਸੀਂ ਕਹਿ ਰਹੇ ਹੋ ਕਿ ਸਿਰਫ ਪੰਜਾਬੀ ਕਰ ਰਹੇ ਨੇ ਪੰਜਾਬੀ ਕਿਤੇ ਕਰ ਰਹੇ ਨੇ ਹਰਿਆਣੇ ਵੀ ਬੈਠੇ ਨੇ ਸਾਡੇ ਉੱਤਰਖੰਡ ਦੇ ਬੈਠੇ ਨੇ ਤੇ ਦਿੱਲੀ ਦੇ ਕਿਸਾਨ ਬੈਠੇ ਨੇ ਜਿਹੜੇ ਦਿੱਲੀ ਦੇ ਵਿੱਚ ਪਿੰਡ ਨੇ ਹੁਣ ਮੈਂ ਨਹੀਂ ਕਹਿ ਸਕਦਾ ਕਿ ਹੁਣ ਕੇਰਲਾ ਤੇ ਕਿਤੇ ਟਾਮິນਾਡੂ ਦੇ ਵਿੱਚ ਸਾਰੀ ਕਿਸਾਨੀ ਉੱਠ ਕੇ ਤੁਰ ਪਿਓ ਕਿਵੇਂ ਆ ਸਕਦੇ ਨੇ ਇਹਨੇ ਹਜ਼ਾਰਾਂ ਮੀਲ ਤੋਂ ਲੇਕਿਨ ਉਹਨਾਂ ਦੇ ਨੁਮਾਇੰਦੇ ਆਏ ਨਹੀਂ ਉਹਨਾਂ ਦੇ ਉੱਥੇ ਬੈਠੇ ਨੇ ਸਾਡੇ ਪੰਜਾਬ ਦੇ तकरीबन 80 ਹਜ਼ਾਰ ਉੱਥੇ ਕਿਸਾਨ ਬੈਠੇ ਨੇ ਹਰਿਆਣੇ ਦੇ ਵੀ ਇੰਨੇ ਹੋਣੇ ਆ ਰਾਜਸਥਾਨ ਦੇ ਵੀ ਇੰਨੇ ਹੋਣੇ ਆ ਵੈਸਟ ਉਪੀ ਦੇ ਵੀ ਇੰਨੇ ਹੋਣੇ ਆ ਸਾਰੇ ਕਿਥੋਂ ਆਏ ਨੇ ਤੋਏ ਤਾਂ ਇੱਕ 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 ਅੰਦੋਲਨ ਪੰਜਾਬੀਆਂ ਦਾ ਨਹੀਂ ਇਹ ਸਾਰੇ ਕਿਸਾਨੀ ਦਾ ਅੰਦੋਲਨ ਹੈ ਔਰ ਮੇਰਾ ਖਿਆਲ ਸਾਰੇ ਨੂੰ ਸਮਝਣਾ ਚਾਹੀਦਾ ਹੈ ਕਿ ਉਹਨਾਂ ਨੂੰ ਦੁੱਖ ਕੀ ਹੈ ਔਰ ਸਮਝਣਾ ਚਾਹੀਦਾ ਹੈ ਕਿ ਅਰਬ ਅਰਬ 11ਵੀਂ ਵਾਰ ਇਹਨਾਂ ਦੀ ਹੋਣਾ ਅੱਜ ਮੀਟਿੰਗ ਹੋਈ ਹੈ ਆਪਣੀ 12ਵੀਂ ਵਾਰ ਅੱਜ ਕਿੰਨਾ ਤੁਸੀਂ ਹੋਣ ਰੱਖੋਗੇ ਇਸ ਨੂੰ